ਨੇ ਨਹੀਂ। ਇਹ ਕੁ ਮੈਂ ਮੈਂ ਗੱਲ ਹੋਰ। ਹਾਂਜੀ। ਇਹ ਲੱਖੀ ਨੂੰ ਆਹ ਤਾਂ ਥੋੜੀ ਜਿਹੀ ਹੋਰ ਐਨੂੰ ਸਮਝਾਉਂਦਾ ਰਹਿਣਾ। ਹਾਂਜੀ। ਇਹਨੂੰ ਮੈਂ ਕਹਿਣਾ ਉਹਨਾਂ ਬੋਲ ਮਾਰ ਕੇ ਭੜਕਾ ਕੇ ਵਾਹ। ਬਿਲਕੁਲ। ਇਹ ਕਹਿੰਦਾ ਆਪੇ ਵੇਜੂ। ਆਪੇ ਤੋਂ ਕੀ ਹਾਲ ਚੱਲ ਨੇ? ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ ਤੇ ਹਾਂ ਜਦ ਆਪਾਂ ਤੁਹਾਨੂੰ ਮਲਾਉਣ ਜਾ ਰਹੇ ਹਾਂ। ਉਤਰਵਾਜੀ ਦੇ ਲੈਜਰ ਬੰਦੇ। ਜਲੂਰ ਪਿੰਡ ਤੋਂ। ਸੰਤਰਾਮ ਜੀ, ਪਾਪੂ ਜੀ ਤੇ ਆਪਾਂ ਇਹਨਾਂ ਨਾਲ ਕਰਦਿਆਂ ਪੁਰਾਣੇ ਉਤਰਾਂ ਦੀਆਂ ਗੱਲਾਂ ਬਾਤਾਂ। ਕਿ ਕਿਵੇਂ ਦਾ ਮਾਹੌਲ ਹੁੰਦਾ ਸੀ ਪਹਿਲਾਂ ਬਾਜ਼ੀਆਂ ਤੇ ਤੇ ਕਰਦੇ ਆਂ ਗੱਲਬਾਤ ਬਾਪੂ ਆ ਵੀ ਸ਼ਾਸ਼ੀ ਕਾਲ ਸੱਚੀ ਹਾਂ ਹਾਂ ਬਾਪੂ ਤੇ ਬਾਪੂ ਪਰ ਕਦੋਂ ਕਦੋਂ ਸ਼ੌਂਕ ਪਿਆ ਕੁਤਰਾਂ ਦਾ ਤੇ ਕਿਹੜੀਆਂ ਕਿਹੜੀਆਂ ਨਸਲਾਂ ਰੱਖੀਆਂ ਆਂ ਅੱਜ ਤੱਕ ਉਹ ਤਾਂ ਮੈਨੂੰ ਯਾਨੀ ਜੀ ਸਾਲ ਤੋਂ ਲਾ ਕੇ ਪਿਆ ਹੋਇਆ ਠੀਕ ਹੈ ਜੀ 20 ਸਾਲ ਹੋ ਗਏ ਮੇਰੀ ਅੱਸੀ ਤੋਂ ਵੀ ਟੱਪੀ ਹੋਈ ਹੈ ਅੱਛਾ ਜੀ ਪਹਿਲਾਂ ਸ਼ੁਰੂ ਤੋਂ ਗੁਰੇ ਵਾਲੇ ਨਥੇੜੀ ਵਾਲੇ ਗੁਰੇ ਵਾਲੇ ਹਾਂਜੀ ਬਾਪੂ ਆਸਰੇ ਹਾਂਜੀ ਮੇਰੇ ਫਿੱਟ ਤੇ ਅੱਛਾ ਜੀ ਫਿਰ ਉਹ ਮੜਾਏ ਹਾਂਜੀ ਮਤਲਬ ਉਹਨਾਂ ਦਾ ਉਹ ਥੋਰ ਲਾ ਕੇ ਮਰਦੇ ਹੁੰਦੇ ਅੱਛਾ ਜੀ ਹਾਂਜੀ ਵਾਹ ਜੀ ਵਾਹ ਖਾਏ ਜਾਂਦੇ ਨਾ ਆਪਸ ਵਿੱਚ ਬਸੇ ਹਾਂ ਜੀ ਆਪਸ ਵਿੱਚ ਬੱਚੇੜਾ ਵੀ ਖਾਏ ਜਾਂਦੇ ਹਾਂਜੀ ਹਾਂਜੀ ਤਾਂ ਉਹ ਇੱਕ ਦੂਜੇ ਨੂੰ ਤੋਂ ਪਹਿਲਾਂ ਨਹੀਂ ਸੀ ਬੈਠੇ ਉਹ ਤਾਂ ਕਹਿੰਦੇ ਮਰ ਜਾਂਦੇ ਤੇ ਹਾਂ ਸਹੀ ਹੈ ਬਾਬਾ ਸਹੀ ਹੈ ਉਹ ਤੋਂ ਬਾਅਦ ਫਿਰ ਮੈਂ ਫਾਰਮੂਲਾ ਕੀ ਖੀਂਡਿਆ ਹਾਂਜੀ ਬਾਦਲ ਵਾਲੀ ਕਬੂਤਰੀ ਹਾਂਜੀ ਛੋਟੇ ਜਿਹੇ ਕੱਦ ਦੀ ਕਾਲਸਰੀ ਨਾ ਕਾਲ ਚਿੱਟੇ ਸਫੈ। ਅਸ਼ੇ। ਉਹ ਮੈਂ ਉਹ ਉਤਰਨਾ ਮਲਾਈ ਕਾਲ ਸਿਰੇ ਦਾ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਫਿਰ ਉਹ ਮਰ ਗਿਆ। ਜੀ ਹਾਂਜੀ। ਇੱਕ ਇੱਕ ਮੇਨ ਗੱਲ ਹੋਰ। ਹਾਂਜੀ। ਇਹ ਲੱਖੀ ਨੂੰ ਆਦਤ ਥੋੜੀ ਜਿਹੀ ਹੋਰ ਮੈਂ ਇਹਨੂੰ ਹੁਣ ਸਮਝਾਉਂਦਾ ਰਹਿਣਾ। ਹਾਂਜੀ। ਇਹਨੂੰ ਮੈਂ ਕਹਿੰਦਾ ਉਹਨਾਂ ਬੋਲ ਮਾਰ ਕੇ ਭੜਕਾ ਕੇ ਵਹਾ ਕਬੂਤਰ ਨੂੰ। ਬਿਲਕੁਲ ਜੀ। ਇਹ ਕਹਿੰਦਾ ਆਪੇ ਵਹਿ ਜੂ। ਵਾਹ ਵਾਹ। ਤੇ ਅੱਛਾ ਇੱਕ ਉਹਨਾਂ ਦੀ ਦਸੱਲੀ ਹੋਰ ਸੀ। ਹਾਂਜੀ। ਲਵੇ ਜੇ ਹਮਿਦੀ ਜੀ ਦਾ ਪਿੰਡ ਹੈ ਆਪਣੇ ਐਸ ਜੀ ਦਾ ਹਾਂਜੀ ਹਾਂਜੀ ਤੇ ਉਹ ਪੰਜ ਘਰਾਂ ਦੇ ਛੜਤਾ ਛੜਤਾ ਹਾਂਜੀ ਉਹ ਉਥੋਂ ਵੱਡੇ ਉੱਥੇ ਨਹੀਂ ਤੇ ਆਉਂਦਾ ਉਹਨਾਂ ਪੰਜਾਂ ਘਰਾਂ ਦੀ ਬੈਠਣਾ ਚਾਹੇ ਹਰਕੇ ਬੈੰਦਾ ਚਾਹੇ ਜਿੱਤਕੇ ਬੈੰਦਾ ਅੱਛਾ ਹੀ ਹਾਂ ਯਾਨੀ ਇਹ ਵੱਡੀ ਦਖਲੀ ਉਹ ਬਾਪੂ ਆਪਣੇ ਕੋਲੋਂ ਕਬੂਤਰੀ ਕਿੱਥੋਂ ਆਈ ਸੀਗੀ ਬਾਦਲ ਦੀ ਉਹ ਛੋਟੇ ਜਿਹੇ ਬਾਦਲ ਦੀ ਕਬੂਤਰੀ ਉਹੀ ਘੁਰਾਈ ਲੈ ਕੇ ਆਈ ਸੀ ਅੱਛਾ ਜੀ ਉਸ ਨੇ ਲਿਆ ਕੇ ਫਿਰ ਮਲਾਈ ਸੀ ਸਹੀ ਹੈ ਬਾਪੂ ਸਹੀ ਹੈ ਵੱਡੀ ਕਬੂਤਰੀ ਤੇ ਬਾਪੂ ਆਪਣੇ ਉਸਤਾਦ ਕੌਣ ਹੈ ਗੁਰਾਹੀ ਨਾਥੇ ਵਾਲੀ ਨਾਥੇ ਵਾਲੀ ਆ ਸਹੀ ਆ ਜੀ ਸਹੀ ਮੈਂ ਗੱਲ ਕਰਦਾ ਉਸੇ ਨੇ ਕਬੂਤਰ ਦਿੱਤੇ ਮੈਨੂੰ ਹਾਂਜੀ ਹਾਂਜੀ ਉਹ ਕਹਿੰਦਾ ਵੀ ਸਾਰੇ ਘੁੱਡੇ ਚ ਕਬੂਤਰ ਕੱਢ ਦੇ ਹਾਂਜੀ ਇਹ ਤੋਂ ਮੈਨੂੰ ਗੁਰੂ ਉਡਾਉਣਾ ਹੈ ਮੇਰੇ ਕਬੂਤਰ ਰੱਖ ਸਹੀ ਆ ਜੀ ਤੇ ਮੇਰੇ ਹੱਥ ਚੱਲੂ ਆ ਸਹੀ ਆ ਬਾਪੂ ਉਹਦੇ ਕੋਲੇ ਜਿਹੜੀ ਗੋਲੀ ਸੀ ਗੁਰੇ ਕੋਲੇ ਹਾਂਜੀ ਆਪਾਂ ਤਾਂ ਦਿੰਨੇ ਆ ਤਿੰਨ ਰੱਸੀ ਉਹ ਤਾਗਿਆਂ ਚ ਬੰਨ ਦੇਓ ਹਾਂਜੀ ਹਾਂਜੀ ਐ ਕਰਦੇ ਹੋ ਨਾਈਟ ਦੇ ਉਹ ਤੜਕੀ ਜਾਂਦੇ ਤੇ ਮੂੰਹ ਚ ਪਾਉਂਦਾ ਹੁੰਦਾ ਸੀ ਦੇਸੀ ਦੇਸੀ ਗੋਲੀ ਹੈ ਬਾਬੀ ਉਹ ਬਣੀ ਹੋਈ ਸੀ ਗੋਲੀ ਜਿੰਨੀ ਜੜੀ ਗਰਮੀ ਵੱਧ ਹੁੰਦੀ ਜਿੰਨੀ ਗਰਮੀ ਵੱਧ ਹੁੰਦੀ ਹਾਂਜੀ ਹਾਂਜੀ ਆਪਾਂ ਗੋਲੀ ਨੂੰ ਮਾੜੀ ਮੰਨਦੇ ਆ ਨਾ ਹਾਂਜੀ ਹਾਂਜੀ ਉਹ ਗੋਲੀ ਵਾ ਜਿੰਨੀ ਗਰਮੀ ਵੱਧ ਹੁੰਦੀ ਉਹਨੇ ਖੁਸ਼ ਹੋੜਦਾ ਠੰਡਾ ਕਰ ਦਿੰਦੀ ਕਿਉਂ ਸੁੱਖਾ ਤੈਨੂੰ ਪਤਾ ਫਿਰਦਾ ਹਾਂਜੀ ਹਾਂਜੀ ਬਿਲਕੁਲ ਜੀ ਇਹ ਉਦੋਂ ਬਾਅਦ ਦੇ ਵਿੱਚ ਫਿਰ ਉਤੋਂ ਇੱਕ ਜੋਗੀ ਹੈਗਾ ਪਧੌੜ ਦਾ ਸਹੀ ਉਹਨੇ ਫਿਰ ਉਹ ਗੋਲੀ ਦਾ ਮੰਗਿਆ ਤਾਂ ਵੀ ਮੈਨੂੰ ਇਹ ਗੋਲੀ ਦਾ ਹੱਥ ਦੇ ਦੇ ਸਹੀ ਉਹ ਕਹਿੰਦਾ ਵੀ ਤੂੰ ਮੈਨੂੰ ਫਿਰ ਦੇ ਦੇ ਸੱਪਾਂ ਵਾਲੀ ਦਵਾਈ ਦਾ ਹੱਥ ਅੱਛਾ ਜੀ ਇਹਨੇ ਫਿਰ ਉਹਨੂੰ ਗੋਲੀ ਦਾ ਹੱਥ ਦਿੱਤਾ ਹਾਂਜੀ ਹਾਂਜੀ ਇਹਗੇ ਸੱਚੇ ਸੁੱਚੇ ਤੇ ਦੁੰਨੀ ਇਹਨੇ ਵੀ ਕੋਈ ਏਹਰਾ ਫੇਰੀ ਕਰ ਗਿਆ ਹਾਂਜੀ ਹਾਂਜੀ ਜਾਂ ਉਹ ਵੀ ਫੇਰਾ ਫੇਰੀ ਕਰ ਸਹੀ ਹੈ ਜੀ ਸਹੀ ਹੈ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਇਹਨੇ ਆਪਦੀ ਦਵਾਈ ਸਪਾਲੀ ਮਿਲਾ ਲਈ ਹਾਂਜੀ ਜੋਗੀ ਕਹਿੰਦਾ ਵੀ ਦੇਖੋ ਜਦੋਂ ਸੱਪ ਲੜੇ ਦਾ ਪਤਾ ਹੋਵੇ ਬਿਲਕੁਲ ਜੀ ਦੇਖਿਆ ਹੋਵੇ ਅਕੀ ਹਾਂ ਜੀ ਜੇ ਸ਼ੱਕ ਚ ਜਾਂ ਚੂਹੇ ਨੇ ਦੰਦੀ ਵੱਢ ਖਾਦੀ ਜਾਂ ਕਾਸੇ ਨੇ ਹੋਰ ਉਵੇਂ ਮਰਜੇ ਮਰਜੇ ਤਾਂ ਉਹ ਬੰਦਾ ਮਰ ਜੂ ਸਹੀ ਹੈ ਉਹ ਉਹਦੇ ਉਹ ਦਵਾਈ ਲਾਉਣ ਹਾਂ ਸਹੀ ਹੈ ਉਦੋਂ ਕੀ ਹੋਇਆ ਅਸੀਂ ਪਾਣੀ ਕੁੱਟਣ ਵੇਲੇ ਉੱਥੇ ਨਾਥੇ ਆਲ ਗਏ ਉਸਤਾਜ ਕੋਲੇ ਹਾਂ ਜੀ ਪਾਣੀ ਬਣਾਉਣ ਵਾਸਤੇ ਹਾਂ ਜੀ ਉਹ ਤਾਂ ਖੇਡੇ ਪਰੇ ਬੈਠਾ ਤੇ ਉਹਦੇ ਮੁੰਡੇ ਦੇ ਸੱਪ ਲੜ ਗਿਆ ਅੱਛਾ ਜੀ ਇੱਕ ਕੋਈ ਮੁੰਡਾ ਗੱਭਰੂ ਮੁੰਡਾ ਹਾਂਜੀ ਥੱਲੇ ਉਹ ਸਫਾਈ ਕਰਦਾ ਸੀ ਆਪਦੇ ਅੰਦਰ ਅੰਦਰ ਦੀ ਪੇਟੀ ਥੱਲੇ ਉਹਦੇ ਸੱਪ ਲੜ ਗਿਆ ਜਦੋਂ ਉਹਨੇ ਖਿੱਚਿਆ ਸੱਪ ਆ ਲੱਟ ਗਿਆ ਕਾਲਾ ਨਾਗ ਉਹਨੇ ਤੋੜ ਕੇ ਸੜਤਾ ਜਾ ਕੇ ਫਿਰ ਬੰਦੇ ਕੀ ਕਹਿੰਦੇ ਹਾਂਜੀ ਮੈਂ ਵੀ ਗਿਆ ਮੈਂ ਕਿਹਾ ਸਤਾਜ ਤੇਰੇ ਮੁੰਡੇ ਦੇ ਸੱਪ ਲੜ ਗਿਆ ਗੱਭਰੂ ਜਵਾਨ ਮੁੰਡਿਆ ਤੂੰ ਤਾਂ ਤਾਸ ਤੇ ਬੈਠਾ ਹਾਂਜੀ ਹਾਂਜੀ ਇਹ ਲਵੀ ਖੇੜਦੇ ਤੇ ਹਾਂਜੀ ਉਹ ਕਹਿੰਦਾ ਸੱਪ ਕਿਸ ਨੇ ਸੰਤਰਾ ਮ ਦੇਖਿਆ ਮਖਾ ਤੋੜ ਕੇ ਸਿੱਟੇ ਸਾਰ ਸਾਰੇ ਦੇ ਸਾਹਮਣੇ ਹਾਂਜੀ ਹਾਂਜੀ ਆ ਗਿਆ ਭਾਈ ਉਹ ਆ ਕੇ ਉਹ ਕਹਿੰਦਾ ਵੀ ਮੈਂ ਤਾਂ ਹਲੇ ਵੀ ਨਹੀਂ ਮੰਨਦਾ ਸੱਪ ਕਿੱਥੇ ਹੈ ਉਹ ਕਹਿੰਦਾ ਉਹ ਕਹਿੰਦਾ ਪੇਟੀ ਥੱਲੀ ਬੜ ਗਿਆ ਸੀ ਆਖਿਆ ਹਾਂਜੀ ਉਹ ਮੁੰਡਾ ਦੇਖ ਲੈ ਡਰਦਾ ਬੇ ਬੇ ਹੋ ਜਾ ਹੁੰਦਾ ਜਾਵੇ ਹਾਂਜੀ ਹਾਂਜੀ ਉਹਨੇ ਭਾਈ ਲੰਮਾ ਟਾਂਗਾ ਜਿਆ ਲਿਆ ਤੇ ਉਹ ਥੱਲੇ ਫਿਰ ਕਾਲਾ ਨਾਗ ਫਿਰ ਨਿਕਲ ਕੇ ਉਹ ਕਹਿੰਦਾ ਮਾਰਨਾ ਨਹੀਂ ਮੈਂ ਬਾਰ-ਬਾਰ ਕਹਿਤਾ ਉਹਦਾ ਘਰ ਆ ਕਿਤਾ ਜੀ ਨੂੰ ਵਾਗ ਗਿਆ ਸੱਪ ਕਹਿੰਦਾ ਜਾਣ ਦੇ ਉਹਨੂੰ ਮਾਰਨਾ ਨਹੀਂ ਸਹੀ ਹੈ ਜੀ ਉਹਨੇ ਪਤਰੇ ਨੇ ਪਛਲਾਏ ਹਾਂਜੀ ਚੱਕੀ ਦਵਾਈ ਭਰਤੀ ਮੈਨੂੰ ਕਹਦਾ ਪਾਣੀ ਫੇਰ ਕੁੱਟਾਂਗੇ ਆ ਜਾ ਤਾ ਸਾਰੇ ਫਿਰ ਕੁੱਟਾਂਗੇ ਅੱਛਾ ਜੀ ਮੈਂ ਕਹਿਆ ਯਾਰ ਤਨ ਨਹੀਂ ਤੇਰਾ ਹਾਂਜੀ ਕਹ ਤੂੰ ਅੱਛਾ ਉਹ ਕਹਿੰਦੇ ਤਾਂ ਸਾਰੇ ਕਹਿੰਦੇ ਯਾਰ ਗੁਰਿਆ ਤੇਰੇ ਮੁੰਡੇ ਦੇ ਕਾਲਾ ਨਾਗ ਲੜਿਆ ਹੋਣਾ ਤੂੰ ਮੁੜਕੇ ਫੇਰ ਸਾਡੇ ਕੋਲੇ ਤਾਂਸ ਖੇਡਣ ਆ ਗਿਆ ਹਾਂਜੀ ਹਾਂਜੀ ਕਦੋਂ ਕੁਝ ਵੀ ਨਹੀਂ ਹੁੰਦਾ ਅਸੇ ਹੀ ਹੋਇਆ ਵੀ ਕੁਝ ਨਹੀਂ ਵਾਹ ਜੀ ਵਾਹ ਕਿਉਂ ਆਇਆ ਵੀਰਿਆ ਯਾਰ ਬਾ ਯਾਰ ਬੇਨ ਨਾ ਕਿਹਾ ਕਿ ਮੈਂ ਦੱਸ ਹੂੰ ਕਿਉਂ ਨੇ ਜੋਗੀ ਨੇ ਉਹਨੂੰ ਦਵਾਈ ਦਾ ਹੱਥ ਪੂਰਾ ਦੱਸਿਆ ਹਾਂਜੀ ਹਾਂਜੀ ਜੋਗੀ ਨੂੰ ਇਹਨੇ ਗੋਲੀ ਦਾ ਪੂਰਾ ਬਿਲਕੁਲ ਜੀ ਹੁਣ ਜਿੱਦੈ ਉਹ ਮਰਿਆ ਹੈਗਾ ਪੰਜ ਚਾਰ ਪੰਜ ਸਾਲ ਹੋ ਗਏ ਮਰੇ ਨੂੰ ਉਸ ਦਿਨ ਇੱਕ ਤਾਂ ਕੋਈ ਪਰਚਾ ਲੈ ਗਿਆ ਉਹਦੇ ਭੋਗ ਤੇ ਆਇਆ ਹਾਂਜੀ ਅਸੀਂ ਲੇਟ ਹੋ ਗਏ ਇੱਕ ਸਾਡਾ ਉੱਥੇ ਗੋਲੀਆਂ ਵੜਾਈਆਂ ਹੋਈਆਂ ਇੱਕ ਢੁੱਡੀ ਗਿਆਲਾ ਗਰਦੀਪ ਸੀ ਮੈਂ ਮੈਂ ਸੀ ਇੱਕ ਮੇਰਾ ਨੰਮਾ ਮੁੰਡਾ ਹੋ ਸੀ ਤਿੰਨੇ ਜਣੇ ਨੇ ਰਲ ਕੇ ਗੋਲੀਆਂ ਬਣੇ ਪੈਸੇ ਖਾਸ਼ੇ ਲੱਗਦੇ ਐਸੇ ਜੀ 7000 7-8000 ਰੁਪਏ ਲੱਗ ਸਹੀ ਹੈ ਬਾਬਾ ਅਸੀਂ ਤਿੰਨੇ ਜਣੇ ਨੇ ਰਲ ਕੇ ਬਣਾ ਲੀਆਂ ਉਹ ਵਟਣ ਵੇ ਵਿਚਾਲ ਆਪਾਂ ਉੱਥੇ ਉੱਥੇ ਵਟਾਂਗੇ ਆਪ ਬਣਾਵਾਂਗੇ ਆਪਾਂ ਉਹ ਉਹ ਬਣਾਉਣੀ ਪੈਂਦੀ ਤੇ ਜਿਹੜੀ ਅੱਧੀ ਗੋਲੀ ਬਣੀ ਐ ਉਹ ਜਿਹੜੀ ਬਾਜਰੇ ਦਾ ਦਾਣੇ ਇੰਨੇ ਲਾਲ ਐ ਹਾਂਜੀ ਦੂਜੀ ਉਹ ਵੱਡੀ ਲਾਲ ਐ ਨਾਲੇ ਤਾਂ ਲੈ ਗਿਆ ਕੋਈ ਉਹ ਗੋਲੀਆਂ ਉਹਦੇ ਅੱਛਾ ਉਹ ਦਵਾਈ ਬਣਾਈ ਹੋਈ ਇੰਨੀ ਸਾਰੀ ਦੀ ਇੰਨੀ ਦੀ ਹਾਂਜੀ ਹਾਂਜੀ ਨਾਲੇ ਲੈ ਗਿਆ ਕੋਈ ਚੱਕ ਕੇ ਪਾਈ ਉਹ ਪਰਚਾ ਅੱਛਾ ਜੀ ਇਹ ਨਾਲੇ ਜਿਹੜੇ ਕੋਲੇ ਉਹਦੇ ਕੋਲੇ ਉੱਥੇ ਚੰਗੇ ਚੰਗੇ ਕਬੂਤਰ ਤੇ ਹਾਂਜੀ ਸਾਰੇ ਉਹ ਲੈ ਗਏ ਭੋਜ ਤੇ ਕਾਦਾ ਆਇਆ ਸੀ ਗਾਂ ਰੁੱਟੜਾ ਆਇਆ ਸੀ ਸਹੀ ਹੈ ਜੀ ਇਹ ਆਪਣੀ ਕਹਾਣੀ ਹੂੰ ਤੇ ਬਬੀ ਉਹ ਕਬੂਤਰਾਂ ਦੇ ਮਤਲ ਜਿਹੜੀਆਂ ਪਹਿਲਾਂ ਵਾਲੀਆਂ ਨਸਲਾਂ ਸੀ ਉਹਨਾਂ ਚ ਉਡਣ ਜੋ ਕੋਈ ਫਰਕ ਸੀਗਾ ਜੀ ਜਾਂ ਫਿਰ ਅੱਜ ਕੱਲ ਦੇ ਸਮੇਂ ਚ ਵੱਧ ਉੜਦੇ ਕਬੂਤਰ ਉਹਨਾਂ ਚ ਉਸ ਸਮੇਂ ਚ ਫਰਕ ਵੱਧ ਹੀ ਉੜਦੇ ਸੀ ਸਹੀ ਹੈ ਅੱਛਾ ਇੱਕ ਹੋਰ ਮੈਂ ਭੁੱਲ ਗਿਆ ਇਹ ਵੀ ਵੀਡੀਓ ਚ ਹੀ ਰੱਖੀ ਹਾਂਜੀ ਹਾਂਜੀ ਇੱਧਰ ਆਉਂਦੇ ਹੁੰਦੇ ਤੇ ਆਪਣੇ ਆਹ ਕਿਹੜਾ ਇਲਾਕਾ ਹੈ ਉਹ ਜਿਹਨੂੰ ਕਹਿੰਦੇ ਨੇ ਤੇ ਜ਼ਿਆਦਾ ਉੜਦਾ ਹੈ 80 ਦੀ ਆਈ ਠਾਟ ਹਾਂਜੀ ਠਾਟੀਆਂ ਹੁੰਦੇ ਹੁੰਦੇ ਇਧਰ ਅ ਅਸੀਂ ਉਹਨਾਂ ਜਵਾਨਾਂ ਦੇ ਵਿੱਚ ਕੁਝਾ ਜਿਹੜਾ ਹੁੰਦਾ ਕੋਰਾ ਉਹਨੂੰ ਰੱਸੀ ਬਨ ਲੈਂਦੇ ਬੰਗੜਾ ਬਣਾ ਲੈਂਦੇ ਬਿਲਕੁਲ ਉਹਦੇ ਵਿੱਚ ਪਾਣੀ ਲੈ ਕੇ ਜਾਂਦੇ ਹੁੰਦੇ ਬਾਜ ਤੇ ਹੇਡਰ ਨੂੰ ਲੈ ਹਾਂਜੀ ਹਾਂਜੀ ਉਹਨਾਂ ਦੀ ਠਾਟੀਆਂ ਨਹੀਂ ਕੀ ਕਹਿਣਾ ਇਹਨਾਂ ਕੁਝਾਲਿਆਂ ਨੂੰ ਤਾਂ ਆਪਾਂ ਹੁਣ ਲੈ ਹੁਣ ਹੁਣ ਲੈ ਵੀ ਜਾਂਦੇ ਸੀ ਸਹੀ ਹੈ ਇਹ ਵੀ ਨਹੀਂ ਗੱਲ ਆਉਂਦੇ ਤੇ ਉਹ ਜਿੰਨੇ ਕਬੂਤਰ ਉਹਦੇ ਲੈ ਕੇ ਮੁੜੇ ਉਹ ਉਹ ਫੇਰ ਮੇਰੇ ਸਤਾਜ ਨੇ ਗੁਰੇ ਨੇ ਉਹਨੂੰ ਹਟਾਇਆ ਤੇ ਇਧਰ ਵਾਹ ਜੀ ਵਾਹ ਉਹਨੇ ਫਿਰ ਇੱਕ ਦੋ ਵਾਰੀ ਚੰਗੀਆਂ ਵਧੀਆ ਬਾਜ਼ੀਆਂ ਤੋਂ ਮੋੜੇ ਉਹ ਸਹੀ ਵਧੀਆ ਬਾਜ਼ੀਆਂ ਉਦੋਂ ਕਿਹੜੀਆਂ ਹੁੰਦੀਆਂ ਸਹੀ 500 ਦਾ ਮੋੜ ਸਹੀ ਯਾਰ ਦਾ ਮੋੜ ਜੇ ਵੱਧ ਤੋਂ ਵੱਧ ਤੁਸੀਂ ਬਾਪੂ ਜੀ ਕਿੰਨੇ ਤੋਂ ਸਟਾਰਟ ਕੀਤੀ ਐ ਇਹ ਮੋੜ ਕਿੰਨੇ ਤੋਂ ਸਟਾਰਟ ਕੀਤਾ ਹਾਂਜੀ ਬਾਜੀ ਅਸੀਂ 200 ਤੋਂ 200 ਤੋਂ 200 ਤੋਂ ਫਿਰ 500 ਹਾਂਜੀ ਜਿਹੜਾ ਇਹ ਕਬੂਤਰ ਮੈਂ ਠੁਲੀਆ ਫਸਟ ਆਇਤੀ ਹਾਂਜੀ ਉਹ ਤਾਂ 5 ਸਾਲ ਦੇ ਮੁੱਢ ਤੇ ਛੱਡੇ ਹੋਏ ਉਹ ਬਾਪੂ ਜੀ ਕਬੂਤਰ ਦੀ ਹਿਸਟਰੀ ਦੱਸੋ ਕਿਵੇਂ ਸੀ ਇਹਦੀ ਕੋਈ ਗੱਲਬਾਤ ਹਿਸਟਰੀ ਉਹਦੀ ਤੁਹਾਨੂੰ ਮੈਂ ਅੱਗੇ ਕੋਤਮ ਜੀ ਦੱਸੀ ਸੀ ਹੁਣ ਦੱਸ ਦਿੰਨਾ ਹਾਂਜੀ ਹਾਂਜੀ ਉਹ ਕਬੂਤਰ ਮੈਂ ਡਾਉਂਦਾ ਬਾਰੀ ਤੇ ਉਹ ਕਿੱਥੋਂ ਆਇਆ ਸੀਗਾ ਇਹ ਕਬੂਤਰ ਉਹ ਕਬੂਤਰ ਇਹਨਾਂ ਕਬੂਤਰਾਂ ਚੋਂ ਬਣਿਆ ਹੋਇਆ ਸੀ ਮਿਸਾ ਅੱਛਾ ਆਪਣੇ ਘਰ ਦੇ ਕਬੂਤਰਾਂ ਚੋਂ ਇੱਕ ਕਾਲਸਰਿਆਂ ਦੇ ਤੇ ਉਹਨਾਂ ਦੇ ਵਿੱਚੋਂ ਇੱਕ ਮਿਸਾ ਸੀ ਹਾਂਜੀ ਹਾਂਜੀ ਹੋਰ ਕਬੂਤਰਾਂ ਨਾਲ ਦੀ ਇਹ ਲਿਆ ਰਹੀ ਹੈ ਬੁੱਤਰੀ ਉਹ ਫਿਰ ਚੁਗਲ ਚਲੀਤੀ ਆਪਣੀ ਇੱਕ ਬੁੱਤਰ ਤੋਂ ਹਾਂਜੀ ਉਹਨੂੰ ਜਦੋਂ ਮੈਂ ਬਾਰੀ ਤੇ ਛੱਡ ਕੇ ਵਹਾਉਂਦਾ ਹਾਂਜੀ ਸਾਡੇ ਲਵੇ ਸਕੂਲ ਹੈ ਹਾਂਜੀ ਹਾਂਜੀ ਉਹਨੇ ਮਾਰਨਾ ਜੂੜ ਸਕੂਲ ਚ ਸਪੈਦੇ ਦੇ ਜਾ ਵਾਹ ਜੀ ਬਦਾਮਾਂ ਚ ਆਰੀ ਜਾਂਦਾ ਸੀ ਹਾਂਜੀ ਤੇ ਮੇਰੇ ਨਾਲ ਦਾ ਕੋਈ ਜਿਹੜਾ ਪਿੰਡ ਦਾ ਮੁੰਡਾ ਸੀ ਉਗਣਾ ਤਾਂ ਆ ਛੱਡਣਾ ਨਹੀਂ ਕਿਉਂਕਿ ਜਦੋਂ ਉਹ ਖਾਸ ਪੈਦੇ ਤੇ ਜਾਊਗਾ ਹਾਂਜੀ ਹਾਂਜੀ ਮੈਂ ਕਿਹਾ ਵੀ ਛੱਡੂਗਾ ਤਾਂ ਮੈਂ ਜ਼ਰੂਰ ਸਹੀ ਹੈ ਜੀ ਬਦਾਮਾਚਰੀ ਜਾਂਦਾ ਉਹਨਾਂ ਉਹਨੇ ਟਾਈਮ ਤੇ ਤਾਂ ਕਿਲੋ ਬਦਾਮ ਵਾਧੂ ਹੁੰਦੇ ਸਹੀ ਹੈ ਜੀ ਤੇ ਜਦੋਂ ਭਾਈ ਮੈਂ ਉਹ ਗੇੜਿਆਂ ਦੇ ਨੇ ਛੱਡਿਆ ਮੈਂ ਉਹਨੂੰ ਖਰਾਕ ਵਾਧ ਦੇ ਕੇ ਛੱਡਿਆ ਵੀ ਛੇਤੀ ਭੇਜੂ ਹਾਂਜੀ ਹਾਂਜੀ ਸਾਲਾ ਵਿਚੀ ਤਾਂ ਉਹ ਖਰਾ ਖਾਜਮਾ ਕਰ ਗਿਆ ਹਾਂਜੀ ਗਰਮੀ ਦੇ ਮਹੀਨੇ ਉਹ 4 ਵਜੇ ਤੇ ਘਰ ਉੱਡਿਆ ਪਿੰਡ ਵਾਹ ਜੀ ਗੇੜਿਆਂ ਵਾਲੇ ਦਿਨ ਐਸੇ ਫੇਰ ਉਹ ਮੁੰਡਾ ਮੈਨੂੰ ਕਹਿੰਦਾ ਕਹਿੰਦਾ ਤਾ ਗਰਮੀ ਕਿੰਨੀ ਐ ਅੱਜੇ 4 ਵਜੇ ਤੇ ਕਰ ਉੱਡ ਗਿਆ ਸਭ ਗੇੜੇ ਵਾਲੇ ਦਿਨ ਹਾਂਜੀ ਇਹਨੇ ਫੇਰ ਮਾਰ ਖਾਊਗਾ ਸਹੀ ਹੈ ਜੀ ਮੈਂ ਕਿਹਾ ਵੀ ਖਾਜੂ ਖਾ ਜਾਣ ਦੀ ਛੱਡੂਗਾ ਤਾਂ ਮੈਂ ਹੁਣ ਜਰੂਰ ਸਹੀ ਹੈ ਜੀ ਦੂਜੇ ਦਿਨ ਫੇਰ ਉਹ ਅਹ ਛੇ ਪਰ ਸਿੱਧਾ ਅਰੇ ਟਾਈਮ ਰੱਖਿਆ ਹੋਦੀ ਹਾਂਜੀ 6 ਵਜੇ ਦੇ ਨੂੰ ਫੇਰ ਉਹ ਰਹਿ ਗਏ ਤੇ 6 6 ਕੂਟਰ ਹਾਂਜੀ 6 ਹਜ ਮੇਰਾ ਰਹਿ ਗਿਆ ਸਾਹਮਿਆਂ ਮੈਂ Samsung ਕੇ ਛੱਡਿਆ ਦੂਜੇ ਦਿਨ ਦੂਜੇ ਦਿਨ ਫਿਰ ਮੈਥੋਂ ਤਸੀਰ ਤੇ ਫਾਸਟ ਆਇਆ ਕੱਲ ਵਾਹ ਜੀ ਵਾਹ ਫਾਸਟ ਆ ਕੇ ਪਰ ਸੁਰਤ ਹੱਥ ਨਾ ਲੱਗਿਆ ਮੇਰੇ ਅਸਈ ਅਸੀਂ ਛਤਰੀਆਂ ਕਿੰਨੀ ਹੋਗੇ ਜਾਂ ਤਾਂ ਇੱਕ ਇੱਕ ਦੋ ਹੈਗੀ ਤਾਂ ਤਿੰਨ ਚਾਰ ਜਣੇ ਤੇ ਅਸੀਂ ਹਾਂਜੀ ਹਾਂਜੀ ਜਾਂ ਤਾਂ ਫਿਰ ਖਿੰਡ ਜਾਂਦੇ ਕੋਸ ਬਿਲਕੁਲ ਵੈਰਵਾ ਇੱਕ ਜਣਾ ਛਤਰੀ ਲੈ ਆਉਂਦਾ ਪਤਾ ਨਹੀਂ ਕੀ ਉਹ ਪਲਾਨੇ ਤੋਂ ਹਾਂਜੀ ਹਾਂਜੀ ਅਸੀਂ ਸਾਰੇ ਹੀ ਓਡੋ ਓਡੀ ਛਤਰੀਆਂ ਕੰਨੀ ਪਤ ਛਤਰੀ ਕੰਨੀ ਪਤ ਲਈ ਹੂੰ ਉਹ ਪਤਾ ਨਹੀਂ ਬੀਛੇ ਡੇਪਿਆ ਪਤਾ ਨਹੀਂ ਕਿਸੇ ਦੇ ਅੰਦਰ ਪੜਿਆ ਕਿਸੇ ਕੁੱਤੇ ਬਿੱਲੇ ਨੇ ਖਾ ਲਿਆ ਪਤਾ ਨਹੀਂ ਭਈ ਕੋਈ ਚੱਕ ਕੇ ਲੈ ਗਿਆ ਮੁੜ ਕੇ ਸਹੀ ਹੈ ਮੁੜ ਕੇ ਠੀਕ ਹੈ ਪੱਪੀ ਤੇ ਕਬਬੀ ਉਹ ਜਿਹੜੀਆਂ ਮਤਲਬ ਵੀ ਪਹਿਲਾਂ ਵਾਰੀਆਂ ਬੁਰੀਆਂ ਕਰਾਉਂਦੇ ਸੀਗੇ ਹਾਂ ਉਹ ਕਿੰਨੀਆਂ ਵੇ ਪਹਿਲਾਂ ਵੀ ਐ ਇਸੇ ਤਰ੍ਹਾਂ ਹੀ ਕਰਾਉਂਦੇ ਸੀਗੇ ਪਹਿਲਾਂ ਅਸੀਂ ਕਰਾਉਂਦੇ ਯਾਨੀ ਤਿੰਨ ਤੇ ਚਾਰ ਵਾਰੀਆਂ ਬਾਜੀਆਂ ਵਾਰੀਆਂ ਹਾਂਜੀ ਹਾਂਜੀ ਉਦੋਂ ਬਾਅਦ ਦੇ ਵਿੱਚ ਪਾਣੀ ਲਾਉਣ ਲੱਗਿਆ ਸਹੀ ਹੈ ਜੀ ਪਾਣੀ ਵਾਲਿਆਂ ਦੋ ਦਿਨ ਦੀ ਬੰਦੀ ਰੱਖਦੇ ਸੀ ਹਾਂ ਜੀ ਪਾਣੀ ਵਾਲਿਆਂ ਦੋ ਦਿਨ ਦੀ ਬੰਦੀ ਤੇ ਕਰ ਦਿੰਦੇ ਸੀਗੇ ਜੀ ਜਦੋਂ ਆਪਾਂ ਵਾਰੀ ਤੇ ਸਿਰਦੇ ਚੌਥੀ ਜਾਂ ਨਵੀਂ ਵਾਰੀ ਤੇ ਹਾਂਜੀ ਹਾਂਜੀ ਉਦੋਂ ਆਪਾਂ ਥੋੜਾ ਜਿਹਾ ਪਾਣੀ ਲਾਦੇ ਠੀਕ ਹੈ ਜੀ ਯਾਨੀ ਨਲਕੀ ਦਾ ਅੱਧਾ ਚੌਥਾ ਹਿੱਸਾ ਲਾ ਲਾਇਆ ਹਾਂਜੀ ਹਾਂਜੀ ਦੂਜੀ ਜਦੋਂ ਵਾਰੀ ਹੈ ਤਾਂ ਬੇਸ਼ੱਕ ਨਲਕੀ ਲਾ ਦੇ ਵਾਹ ਵਾਹ ਠੀਕ ਹੈ ਸਹੀ ਹੈ ਜੀ ਜਦ ਤੀਜੀ ਵਾਰੀ ਹੈ ਕਰਨਾ ਆਪ ਦਾ ਜਿੰਨਾ ਵੀ ਬਣਾਉਣਾ ਹੁੰਦਾ ਵੀਰ ਬਾਦੋਨਲ ਕਿੰਦੇ ਕਰਨਾ ਕੂਤਰੇ ਬਾਜੀ ਤੇ ਹੁਣ ਹਾਂਜੀ ਹਾਂਜੀ ਉਦਾਂ ਕਰ ਲੈ ਉਹ ਫਿਰ ਵੱਧ ਨਹੀਂ ਡੋਣਾ ਹੈ ਦੂਜੀ ਤੀਜੀ ਵਾਰੀ ਪਾਣੀ ਪੂਰਾ ਹੋਏ ਤੇ ਛੱਡ ਲਾਇਓ ਸਹੀ ਹੈ ਬੱਪੂ ਸਹੀ ਜੇ ਬਾਲੇ ਬਾਲੀਆਂ ਵਾਰੀਆਂ ਕਰਾ ਕੇ ਛੱਡਾਂਗੇ ਹਾਂਜੀ ਫਿਰ ਵੀ ਮਾਰ ਖਾਊਗਾ ਅਸਹੀ ਆ ਜਿਆਦੇ ਵਾਰੀਆਂ ਕਰਾ ਮਾ ਕੂਤਰ ਮੱਚ ਜਾਂਦਾ ਹੈ ਨਾ ਇਹ ਵਜਾ ਵੱਧ ਡੇ ਜਾਂਦਾ ਨਾ ਵੱਧ ਉੱਠ ਜਾਂਦਾ ਹਾਂ ਸਹੀ ਹੈ ਬੱਪੂ ਬਾਕੀ ਕੂਤਰ ਤਾਂ ਜਦੋਂ ਬਾਹਰਾਂ ਤੇ ਉਬੂਦੂ ਛੱਡਣਾ ਚਾਹੀਦਾ ਹੈ ਨਾ ਇਹ ਪੂਰੀਆਂ ਤੇ ਹਾਂ ਬਾਕੀ ਇੱਕ ਗੱਲ ਹੋਰ ਹਾਂਜੀ ਇਨੂੰ ਇੱਕ ਵਾਰੀ ਖਿੱਚ ਕੇ ਢਾਕੇ ਦੇਖ ਲੈ। ਵੀ ਘਰੇ ਢੇਕ ਦੇਖਣਾ ਚਾਹੀਦਾ ਢਾਕੇ ਜੀ। ਹਾਂ। ਇੱਕ ਵਾਰੀ ਪਾਣੀ ਪਾਣੀ ਤੇ ਹੋਏ ਇਹਨੂੰ। ਹਾਂਜੀ। ਇੱਕ ਵਾਰੀ ਦੇਖ ਲੈ ਦੂਜੀ ਵਾਰ ਉਹਨੂੰ ਘਟਾ ਘਟਾ ਬਹਾਲ। ਹਾਂ ਸਹੀ ਹੈ ਜੀ। ਫੇਰ ਨਾ ਉਹ ਤਾਂ ਜ਼ੋਰ ਲੱਗਣ ਦੇ। ਬਿਲਕੁਲ ਜੀ ਬਿਲਕੁਲ। ਘਰੇ ਇੱਕ ਬਾਪੂ ਘਰੇ ਉਤਰ ਕੇ ਰਾ ਨਾਮ ਨੂੰ ਗਿਆ ਹੋਵੇ। ਚਾਹ ਉਹ ਮਿੱッセ ਦਿਨ ਚ ਜਾਵੜੇ ਉਹ ਠੀਕ ਹੁੰਦਾ ਨਹੀਂ। ਹਾਂਜੀ। ਉਹ ਚਾਹੀ ਅੱਗ ਚਾ ਕੇ ਘਟ ਜਾਂਦਾ। ਹਾਂ ਹਾਂ। ਠੀਕ ਹੈ ਬਾਪੂ ਜੀ। ਤੇ ਬਾ ਫੇਰ ਉਹਨੂੰ ਜ਼ੋਰ ਲਵਾਉਣ ਦੀ ਉਹਦੀ ਲੋੜ ਨਹੀਂ। ਫੇਰ ਬੈਠਣ ਵਾਲਾ ਤੇ ਬੋਲ ਮਾਰ ਕੇ ਬਹੌਣ ਦਾ ਬਹੁਤ ਫਰਕ ਹੈ। ਲਗੋ ਦੀ ਉਥੇ ਜਦੋਂ ਆਪਾਂ ਬਾਜੀ ਤੇ ਵਹਾਵਾਂਗੇ ਹਾਂਜੀ ਕਿੱਥੇ ਤਾਂ ਭੜਕਾ ਕੇ ਵਹਾਵਾਂਗੇ ਹਾਂਜੀ ਹਾਂਜੀ ਬਬੀ ਆ ਜੂ ਉਹ ਟਾਂਗੀ ਤੇ ਆ ਜੂ ਕਿੱਥੇ ਆਪਾਂ ਉਥੇ ਟਾਂਗੀ ਖੜੀ ਰੱਖਾਂਗੇ ਹੂੰ ਸਹੀ ਹੈ ਬਬੀ ਉਥੇ ਆਪਾਂ ਆਪਾਂ ਤਾਂ ਭੱਜਾਂਗੇ ਵਹਾਉਣ ਨੂੰ ਬਿਲਕੁਲ ਜੀ ਇਹ ਇੱਥੇ ਉਹਨਾ ਕਬੂਤਰੇ ਜਿਹੜੀ ਛੱਡਦੇ ਆ ਸੀ ਹਾਂਜੀ ਜਦੋਂ ਇਹਨੂੰ ਭੜਕਾਉਣ ਲੱਗ ਜਾ ਭੈਣ ਮਾਰ ਉਹਦੀ ਚੱਕਰ ਮਾਰ ਦਿੰਦੀ ਹੈ ਸਹੀ ਹੈ ਸਹੀ ਹੈ ਬਖਾਇ ਤੇਰੀ ਕੀ ਹੈ ਨਹੀਂ ਤੇਰਾ ਘਾਟ ਹੈ ਹਾਂਜੀ ਹਾਂਜੀ ਹੁਣ 27 30 ਮਿੰਟ ਜਿੰਨੀ ਆ ਦੇਖੋ ਕੀ ਕਰਦੀ ਹੈ ਬਹੁਤ ਧੰਨਵਾਦ ਬੱਪੂ ਜੀ ਤੁਹਾਡਾ ਲਓ ਦੋਸਤੋ ਇਹ ਸੀ ਲੈਜੈਂਡ ਬੰਦੇ ਤੇ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਵੇ ਤੁਹਾਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀ ਲੋਕ ਨੇ ਹਜੇ ਤੱਕ ਨਹੀਂ ਕੀਤਾ লাভ ਯੂ ਧੰਨਵਾਦ